ਸਟੇਜ 'ਤੇ ਜਿਹੜਾ ਵੀਰ ਦੇ ਫੋਟੋ ਲੈ ਕੇ ਵਿਵਾਦ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਮੈਂ ਇਹੀ ਕਹਿਣਾ ਚਾਹੂੰਗਾ ਜੀ, ਗਲਤੀਆਂ ਬੰਦਿਆਂ ਤੋਂ ਹੀ ਹੁੰਦੀਆਂ ਜੀ, ਅਤੇ ਮੈਂ ਬਹੁਤ ਖੁਸ਼ ਹੋਇਆ ਵੀਰ ਨੂੰ ਮਿਲ ਕੇ। ਮੈਂ ਕਰਮਾਂ ਵਾਲਾ ਕਿ ਇਹੋ ਜਿਹੇ ਫੈਨ ਮੈਨੂੰ ਮਿਲੇ ਜਿਹੜੇ ਇੰਨਾ ਪਿਆਰ ਕਰਦੇ, ਅਤੇ ਸਭ ਤੋਂ ਜ਼ਿਆਦਾ ਥੈਂਕਸ ਸੁਰਜੀਤ ਕੁਮਾਰ ਭਾਈ ਦਾ। ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ, ਵਧੀਆ ਦੁਬਾਰਾ ਰੌਣਕ ਲੱਗੀ ਹੈ, ਮੇਲਾ ਦੁਬਾਰਾ ਬਣ ਗਿਆ, ਅਤੇ ਵੀਰ ਨੂੰ ਮੈਂ ਫਿਰ ਕਈ ਸੋਰੀ ਫੀਲ ਕਰਦਾ। ਹੋਰ ਵੀ ਬਹੁਤ ਸਾਰੀਆਂ ਗਲਤੀਆਂ ਆਰਟਿਸਟ ਤੋਂ ਹੋ ਜਾਂਦੀਆਂ, ਅਸੀਂ ਵੀ ਤੁਹਾਡੇ ਵਰਗੇ ਹੀ ਹਾਂ ਜੀ, ਜਿਵੇਂ ਤੁਹਾਡੇ ਤੋਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ, ਉਵੇਂ ਅਸੀਂ ਵੀ ਤੁਹਾਡੇ ਵਰਗੇ ਹਿਊਮਨ ਬੀਇੰਗ ਹਾਂ, ਇਨਸਾਨ ਹਾਂ, ਅਤੇ ਪਰ ਮੈਂ ਆਪਦੀ ਗਲਤੀ ਫੀਲ ਕਰਦਾ, ਇਸ ਕਰਕੇ ਵੀਰ ਨੂੰ ਮਿਲਣ ਆਇਆ, ਇਹਨਾਂ ਦੇ ਪਿੰਡ ਮਿਲਣ ਆਇਆ, ਅਤੇ ਅੱਗੇ ਤੋਂ ਮੈਂ ਭਾਅ ਜੀ ਨਾਲ ਵੀ ਪ੍ਰੋਮਿਸ ਕੀਤਾ, ਹੋਰ ਵੀ ਮੈਂ ਬਹੁਤ ਖਿਆਲ ਰੱਖੂੰਗਾ ਕਿ ਇਹੋ ਜਿਹੀਆਂ ਗਲਤੀਆਂ ਜਾਂ ਇੱਦਾਂ ਦਾ ਬਿਹੇਵੀਅਰ ਕਿਤੇ ਵੀ ਨਾ ਹੋਵੇ। ਸਭ ਤੋਂ ਪਹਿਲਾਂ ਤਾਂ ਪੂਰੇ ਮੀਡੀਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਮੇਰੇ ਵੀਰੋ, ਅਤੇ ਸਾਰਿਆਂ ਨੂੰ ਇੱਥੇ ਪਹੁੰਚਣ 'ਤੇ ਗੁਰਨਾਮ ਭੁੱਲਰ ਨੂੰ, ਵੀਰਪਾਲ ਨੂੰ, ਹੋਰ ਵੀ ਜਿੰਨੇ ਬਹੁਤ ਵਾਰ ਸੱਜਣ ਘਰ ਆਏ ਸੀ, ਸਾਰਿਆਂ ਨੂੰ ਇੱਥੇ ਪਹੁੰਚਣ 'ਤੇ ਜੀ ਆਇਆਂ 'ਤੇ। ਇਹ ਜਿਹੜਾ ਸਾਡਾ ਇਹ ਬੱਚਾ ਸਾਡੇ ਇਲਾਕੇ ਦਾ ਵਾ, ਕਈ ਵਾਰ ਸਰੋਤੇ ਇੰਨੇ ਤੁਹਾਡੇ ਨਾਲ ਦਿਲੋਂ ਜੁੜੇ ਹੁੰਦੇ ਆ ਕਿ ਤੁਹਾਨੂੰ ਕਈ ਵਾਰ ਦੁਨੀਆਂ ਦੇ ਵਿੱਚ ਵਿਚਰਦਿਆਂ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਮੈਨੂੰ ਕਿੰਨਾ ਪਿਆਰ ਕਰਦਾ। ਅਤੇ ਗੁਰਨਾਮ ਜਿਹੜਾ ਉਹ ਸਾਡਾ ਛੋਟਾ ਵੀਰ ਆ, ਜੇ ਬੱਚਾ ਵਾ, ਹੌਲੀ ਹੌਲੀ ਜਿਉਂ ਜਿਉਂ ਅੱਗੇ ਉਹਨਾਂ ਦਾ ਸਫ਼ਰ ਗਾਇਕੀ ਦਾ ਜਾਊਗਾ, ਬਹੁਤ ਕੁਝ ਸਿੱਖਣਗੇ। ਅਤੇ ਅੱਜ ਇਹਨਾਂ ਦਾ ਭਾਅ ਕੇ ਆਪਸ ਵਿੱਚ ਮਨ ਮੁਟਾਵ ਕਰਤਾ ਵਾ, ਫੋਟੋ ਦਾ ਸੀ, ਮੈਂ ਕਿਹਾ ਭਾਵੇਂ 10 ਫੋਟੋਆਂ ਕਰਾ ਲਾ, ਬਈ ਕੋਈ ਗੱਲ ਨਹੀਂ। ਅਤੇ ਮੀਡੀਆ ਨੂੰ, ਪੂਰੇ ਨੂੰ ਮੇਰੇ ਵੱਲੋਂ ਇੱਥੇ ਪਹੁੰਚਣ 'ਤੇ ਜੀ ਆਇਆ। ਬਾਕੀ ਦੇਣਾ ਮੈਂ ਲੋਕਾਂ ਨੂੰ ਸੰਦੇਸ਼ ਨਹੀਂ, ਕਈ ਲੋਕਾਂ ਦੀਆਂ ਭਾਵਨਾਵਾਂ ਕਲਾਕਾਰ ਦੇ ਨਾਲ ਇਸ ਤਰਫ ਜੁੜੀਆਂ ਹੁੰਦੀਆਂ ਵਾ ਕਿ ਉਹ ਸਾਡੇ ਤੋਂ ਇਹੋ ਜਿਹੀ ਚੀਜ਼ ਸੋਚਦੇ ਨੇ ਜਿਹੜੀ ਕਈ ਵਾਰ ਸਾਡੇ ਤੋਂ ਮਿਸਟੇਕ ਹੋ ਜਾਂਦੀ ਹੈ। ਅਤੇ ਮੈਂ ਸਾਰੇ ਉਸ ਸਰੋਤਿਆਂ ਨੂੰ ਜਿਹਨਾਂ ਨੂੰ ਗੁਰਨਾਮ ਭੁੱਲਰ ਵੱਲੋਂ ਕੋਈ ਠੇਸ ਪਹੁੰਚੀ ਹੋਵੇ, ਉਹਨਾਂ ਨੂੰ ਕਹਿੰਦਾ ਕਿ ਮੈਂ ਵੀ ਉਹਨਾਂ, ਮੇਰਾ ਇਹ ਛੋਟਾ ਵੀਰ ਹੈ, ਇਹਦੇ ਕਾਰਨ ਮੈਂ ਉਹਨਾਂ ਸਾਰੇ ਸਰੋਤਿਆਂ ਤੋਂ ਮਾਫ਼ੀ ਮੰਗਦਾ ਕਿ ਤੁਸੀਂ ਇਹਦੇ ਨਾਲ ਉਨਾ ਹੀ ਪਿਆਰ ਕਰੋ ਜਿੰਨਾ ਅੱਗੇ ਕਰਦੇ ਸੀ। ਇਸ ਬੱਚੇ ਦਾ ਵੀ ਸਾਡਾ ਪਿਆਰ ਆ, ਅਤੇ ਮੇਰੇ ਘਰ ਅੱਜ ਸਾਰਾ ਪਰਿਵਾਰ ਆਇਆ ਵਾ, ਗਾਇਕੀ ਪਰਿਵਾਰ ਆਇਆ, ਪੱਤਰਕਾਰ, ਮੇਰਾ ਭਾਈਚਾਰਾ ਆਇਆ ਵਾ, ਸਾਰਿਆਂ ਨੂੰ ਜੀ ਆਇਆ। ਬਸ ਇਹਦੇ ਤੋਂ ਬੜਾ ਕੁਝ ਸਿੱਖਣ ਨੂੰ ਮਿਲੂਗਾ ਗੁਰਨਾਮ ਨੂੰ ਵੀ, ਹੋਰ ਲੋਕਾਂ ਨੂੰ ਵੀ, ਅਤੇ ਸਰੋਤੇ ਜਿਹੜੇ ਸਰੋਤਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜੋ ਕਰਦੇ ਹੁੰਦੇ ਹੋ ਸਹੀ ਕਰਦੇ ਹੋ। ਕਈ ਵਾਰ ਕਲਾਕਾਰ ਤੋਂ ਸਟੇਜ 'ਤੇ ਬੋਲਦਿਆਂ ਬੜੀ ਮਿਸਟੇਕ ਹੋ ਜਾਂਦੀ ਹੈ, ਕਈ ਵਾਰ ਉਹਦੇ ਕੁਝ ਆਪਦੇ ਇਹੋ ਜਿਹੇ ਘਰੇ ਪ੍ਰੋਬਲਮ ਹੁੰਦੀ, ਜਦੋਂ ਸਟੇਜ 'ਤੇ ਆਉਂਦਾ ਤਾਂ ਉਹ ਤੁਹਾਡੇ ਨਾਲ ਹੱਸਦਾ ਹੁੰਦਾ, ਅੰਦਰੋਂ ਉਹਦਾ ਦਿਲ ਰੋ ਰਿਹਾ ਹੁੰਦਾ, ਅਤੇ ਉਦੋਂ ਕਈ ਵਾਰ ਗਲਤੀਆਂ ਹੋ ਜਾਂਦੀਆਂ। ਇਸ ਲਈ ਸਾਰਿਆਂ ਦਾ ਤੁਹਾਡਾ ਥੈਂਕ ਯੂ, ਤੁਸੀਂ ਫਿਰ ਵੀ ਜੁੜੇ ਹੋ, ਜੇ ਤੁਸੀਂ ਕੁਝ ਗਲਤ ਵੀ ਸਾਡੇ ਲਈ ਬੋਲਦੇ ਹੋ ਨਾ, ਉਹ ਸਾਡੀ ਸਿੱਖਣ ਵਾਲੀ ਚੀਜ਼ ਹੁੰਦੀ ਹੈ। ਥੈਂਕ ਯੂ, ਥੈਂਕ ਯੂ ਸੋ ਮਚ। ਰਾਜੂ ਜੀ, ਤੁਹਾਨੂੰ ਕਿਵੇਂ ਲੱਗ ਰਿਹਾ ਗੁਰਨਾਮ ਭੁੱਲਰ ਜੀ ਆ, ਜਿਨ੍ਹਾਂ ਦੇ ਤੁਸੀਂ ਬੜੇ ਤਗੜੇ ਫੈਨ ਹੋ, ਅੱਜ ਆਪਣੇ ਕੋਲ ਚੱਲ ਕੇ ਆਏ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਬਹੁਤ ਧੰਨਵਾਦ ਕਰਦਾ ਜੀ ਭੁੱਲਰ ਸਾਹਿਬ ਜੀ ਦਾ, ਹਾਂਜੀ ਵੀਰ ਹੋਣੀ ਮੇਰੇ ਕੋਲ ਆਏ ਨੇ, ਅੱਜ ਰੂਬਰੂ ਹੋਏ ਨੇ, ਬਹੁਤ ਧੰਨਵਾਦ ਕਰਦਾ ਜੀ। ਉਦਣ ਜਿਹੜਾ ਮਨ ਮੁਟਾਵ ਸੀਗਾ ਉਦਣ ਦਾ, ਜਿਹੜਾ ਅੱਜ ਮਿਲ ਗਏ ਆ ਤੁਹਾਨੂੰ, ਹੁਣੇ ਮਿਟ ਚੁੱਕਾ ਹੈ ਜੀ? ਹਾਂਜੀ, ਬਹੁਤ ਖੁਸ਼ ਹੈ ਜੀ, ਮੈਂ ਗੁਰਨਾਮ ਭੁੱਲਰ ਭਾਈ ਮੇਰੇ ਪਿੰਡ ਹੀ ਆਏ ਹੋਏ ਨੇ, ਬਹੁਤ ਦਿਲ ਖੁਸ਼ ਹੈ ਜੀ। ਮੈਂ ਇਹ ਕਹਿਣਾ ਚਾਹੁੰਦਾ ਜੀ, ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕੋਈ ਸਟੇਜ 'ਤੇ ਫੋਟੋ ਨਾ ਖਿਚਵਾਉਣ ਤੋਂ ਡਿਸਪਿਊਟ ਚੱਲ ਰਿਹਾ ਸੀ, ਰਾਜੂ ਗੇਦੀ ਜੀ ਸਾਡੇ ਨਾਲ ਨੇ, ਜਿਨ੍ਹਾਂ ਦੇ ਨਾਲ ਉੱਥੇ ਜਿਹੜਾ ਸਟੇਜ 'ਤੇ ਇਹ ਵਾਕਿਆ ਹੋਇਆ, ਲੋਕਾਂ ਨੇ, ਵੀਰਾਂ ਨੇ ਬਹੁਤ ਕਮੈਂਟ ਮਾਰੇ, ਬਹੁਤ ਬੁਰਾ ਭਲਾ ਕਿਹਾ ਗੁਰਨਾਮ ਭੁੱਲਰ ਜੀ ਨੂੰ। ਪਰ ਮੈਂ ਸਮਝਦਾ ਵੀ ਸਾਡੇ ਛੋਟੇ ਵੀਰ ਨੇ, ਗਲਤੀਆਂ ਹਮੇਸ਼ਾ ਇਨਸਾਨ ਕੋਲ ਹੁੰਦੀਆਂ, ਕਿਉਂ ਇਨਸਾਨ ਹੀ ਗਲਤੀਆਂ ਦਾ ਪੁਤਲਾ ਹੈ। ਅੱਜ ਮੇਰਾ ਵੀਰ ਸੁਰਜੀਤ ਭੁੱਲਰ, ਅਸੀਂ ਇਹਨਾਂ ਦੇ ਗ੍ਰਹਿ ਵਿਖੇ ਇਕੱਠੇ ਹੋਏ ਹਾਂ, ਗੁਰਨਾਮ ਭੁੱਲਰ ਜੀ ਵੀ ਆਏ ਨੇ, ਇਹਨਾਂ ਦੀ ਸਾਰੀ ਟੀਮ ਅਤੇ ਹੋਰ ਵੀ ਪੰਚ ਸਰਪੰਚ, ਇਲਾਕੇ ਦੇ ਮੋਹਤਬਾਰ ਵੀਰ ਸਾਰੇ ਜਿਹੜੇ ਇੱਥੇ ਪਹੁੰਚੇ ਨੇ, ਅਤੇ ਜੋ ਵੀ ਇਹਨਾਂ ਦਾ ਗਿਲਾ ਸ਼ਿਕਵਾ ਸੀ, ਡਿਸਪਿਊਟ ਚੱਲ ਰਿਹਾ ਸੀ, ਉਹਨੂੰ ਅਸੀਂ ਬਹਿ ਕੇ ਸੋਲਵ ਕਰਵਾ ਦਿੱਤਾ ਹੈ। ਅੱਜ ਤੋਂ ਕੋਈ ਵੀ ਸਾਡਾ ਆਪਸੀ ਗਿਲਾ ਸ਼ਿਕਵਾ ਗੁਰਨਾਮ ਭੁੱਲਰ ਜੀ ਨਾਲ, ਰਾਜੂ ਬੇਦੀ ਦਾ, ਗੁਰਨਾਮ ਭੁੱਲਰ ਜੀ ਨਾਲ ਕੋਈ ਵੀ ਇਹੋ ਜਿਹਾ ਮਨ ਨਹੀਂ ਹੈ, ਸਾਰੇ ਰਜਾਮੰਦੀ ਹੈ। ਇੰਨੀਆਂ ਗੱਲਾਂ ਕਹਿੰਦਾ ਨਖੇ ਮੰਦਾ ਜਾ ਜੀ, ਵਾਹਿਗੁਰੂ ਜੀ ਕਾ ਖਾਲਸਾ।